ਕਬੱਡੀ ਜਗਤ ਲਈ ਇਸ ਸਮੇਂ ਦੀ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਕਬੱਡੀ ਦੇ ਸਟਾਰ ਖਿਡਾਰੀ ਗਗਨ ਜਲਾਲ ਦੀ ਅਚਾਨਕ ਮੌਤ ਹੋ ਗਈ ਹੈ। ਗਗਨ ਜਲਾਲ ਹੁਣ ਖੇਡ ਮੈਦਾਨ ਵਿੱਚ ਨਜ਼ਰ ਨਹੀਂ ਆਵੇਗਾ। ਮਿਲੀ ਜਾਣਕਾਰੀ ਮੁਤਾਬਕ ਗਗਨ ਜਲਾਲ ਨੇ ਕੈਨੇਡਾ ਦੇ ਸਰੀ 'ਚ ਆਖਰੀ ਸਾਹ ਲਏ। ਗਗਨ ਦੀ ਮੌਤ ਦਾ ਕਾਰਨ ਹਾਰਟ ਅਟੈਕ ਨੂੰ ਦੱਸਿਆ ਜਾ ਰਿਹਾ ਹੈ। ਤਕੜੀਆਂ ਰੇਡਾਂ ਕਾਰਨ ਕਬੱਡੀ ਪ੍ਰੇਮੀਆਂ ਦੇ ਦਿਲ 'ਚ ਖਾਸ ਜਗ੍ਹਾ ਰੱਖਣ ਵਾਲੀ ਗਗਨ ਜਲਾਲ ਦੀ ਅਚਾਨਕ ਹੋਈ ਇਸ ਮੌਤ ਦੀ ਖਬਰ ਨਾਲ ਸੋਗ ਦੀ ਲਹਿਰ ਪਸਰ ਗਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਟਾਰ ਖਿਡਾਰੀ ਸੁਖਮਨ ਚੋਲਾ ਦੀ ਅਚਾਨਕ ਮੌਤ ਨੇ ਕਬੱਡੀ ਚਹੇਤਿਆਂ 'ਚ ਉਦਾਸੀ ਫੈਲਾਈ ਸੀ। ਗਗਨ ਜਲਾਲ ਦੀ ਮੌਤ ਦੀ ਖਬਰ ਨਾਲ ਕਬੱਡੀ ਜਗਤ ਨੂੰ ਵੱਡਾ ਘਾਟਾ ਹੋਇਆ ਹੈ।